ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗਗਨਦੀਪ, ਮੈਂ ਓਮ ਗਲੋਬਲ ਅੰਮ੍ਰਿਤਸਰ ਤੋਂ। ਜਿੱਦਾਂ ਕਿ ਤੁਸੀਂ ਸਾਰੇ ਦੇਖ ਰਹੇ ਹੋ, ਅੱਜ ਇਹ ਸਾਰੇ ਪਾਸਪੋਰਟ ਵੀਜ਼ਾ ਲੱਗੇ ਪਾਸਪੋਰਟ ਜਿਹਦੇ ਵਿੱਚ ਕੈਨੇਡਾ ਔਰ USA ਦੋਨਾਂ ਦੇ ਪਾਸਪੋਰਟਸ ਹੈਗੇ ਨੇ। ਕਾਫੀ ਸਾਰੇ ਬੱਚਿਆਂ ਦਾ ਕੰਸਰਨ ਸੀ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਨੂੰ ਲੈ ਕੇ ਕਿ ਪ੍ਰੋਸੈਸਿੰਗ ਟਾਈਮ ਕਾਫੀ ਜ਼ਿਆਦਾ ਵੱਧ ਚੁੱਕਿਆ, ਲੇਕਿਨ ਇਹ ਉਹ ਪਾਸਪੋਰਟਸ ਨੇ ਜਿਨ੍ਹਾਂ ਦੇ ਰਿਜ਼ਲਟ ਸਿਰਫ ਔਰ ਸਿਰਫ 15 ਦਿਨਾਂ ਦੇ ਅੰਦਰ ਅੰਦਰ ਸਾਨੂੰ ਰਿਸੀਵਡ ਹੋਏ ਨੇ, ਔਰ ਉਹ ਤੁਸੀਂ ਸਟੈਂਪ ਲੱਗੇ ਪਾਸਪੋਰਟ ਖੁਦ ਦੇਖ ਸਕਦੇ ਹੋ। ਸੋ ਇੱਦਾਂ ਜਿਹੜੇ ਵੀ ਬੱਚੇ ਕੈਨੇਡਾ ਸਟਿਲ ਜਾਣਾ ਚਾਹੁੰਦੇ ਨੇ, ਉਹ ਖਾਸ ਤੌਰ ਤੇ ਸਤੰਬਰ ਇਨਟੇਕ ਵਿੱਚ ਜਾਣਾ ਚਾਹੁੰਦੇ ਨੇ, ਮੇਰੀ ਕਿਸੇ ਵੀ ਨੀਅਰੈਸਟ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਨੇ, ਜਾਂ ਸਾਡੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਨੇ, ਔਰ ਦੇਣਾ ਚਾਹੁੰਦੇ ਹੋ ਸਾਰੇ ਦੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਤਾਂ ਬਿਨਾਂ ਡਿਲੇ ਕੀਤੇ ਸਾਨੂੰ ਕਾਲ ਕਰੋ ਜਾਂ ਸਾਡੀ ਕਿਸੇ ਵੀ ਨੀਅਰੈਸਟ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ। ਸੇਮ ਚੀਜ਼ ਤੁਹਾਡੇ ਵਾਸਤੇ USA ਦੇ ਲੈ ਕੇ ਵੀ ਹੈ। ਅਗਰ ਤੁਸੀਂ USA ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਔਰ ਪੈਸੇ ਦੇਣਾ ਚਾਹੁੰਦੇ ਹੋ, ਵੀਜ਼ਾ ਲੱਗਣ ਤੋਂ ਬਾਅਦ ਸਿਰਫ ਔਰ ਸਿਰਫ ਇੱਕ ਗਵਰਨਮੈਂਟ ਫੀਸ ਨੂੰ ਪੇ ਕਰਕੇ, ਜਿਹੜਾ ਕਿ ਵੀਜ਼ੇ ਤੋਂ ਪਹਿਲਾਂ ਜਾਂਦੀ ਹੈ, ਤੇ ਤੁਸੀਂ ਵੀ ਉਹ ਆਪਣਾ ਪ੍ਰੋਸੈਸ ਸਾਡੀ ਕਿਸੇ ਵੀ ਨੀਅਰੈਸਟ ਬ੍ਰਾਂਚ ਤੋਂ ਅਪਲਾਈ ਕਰਕੇ ਆਪਣਾ ਪ੍ਰੋਸੈਸ ਨੂੰ ਸਟਾਰਟ ਕਰ ਸਕਦੇ ਹੋ। ਥੈਂਕ ਯੂ।